ਸਰਬੰਸ ਦਾਨੀਆ ਕੌਮ ਤੇਰੀ ਸਾਰੇ ਅਹਿਸਾਨ ਭੁੱਲ ਚੱਲੀ। ਇਹ ਅਸੀਂ ਕਿਉਂ ਕਿਹਾ? ਕਿਉਂਕਿ ਜਿਸ ਤਰੀਕੇ ਦੇ ਨਾਲ ਪਖੰਡਵਾਦ ਤਾਂ ਸਾਨੂੰ ਪਤਾ ਹੀ ਹੈ ਕਿ ਕਿਸ ਤਰੀਕੇ ਦੇ ਨਾਲ ਵੱਡੇ ਪੱਧਰ 'ਤੇ ਜੁੜਾ ਫੈਲਦਾ ਨਜ਼ਰ ਆ ਰਿਹਾ, ਪਰ ਕੁਝ ਤਸਵੀਰਾਂ ਅਜਿਹੀਆਂ ਹੁੰਦੀਆਂ ਨੇ ਜਿਸ ਨੂੰ ਦੇਖ ਕੇ ਦਿਲ ਝੰਜੋੜ ਕੇ ਰੱਖ ਦਿੱਤਾ ਜਾਂਦਾ। ਤੁਸੀਂ ਸਕਰੀਨ 'ਤੇ ਲਗਾਤਾਰ ਦੇਖ ਸਕਦੇ ਹੋ ਕਿ ਜਿਹੜੀਆਂ ਮੈਂ ਖਬਰ ਦੇ ਸਟਾਰਟਿੰਗ ਦੇ ਵਿੱਚ ਜੋ ਲਾਈਨਾਂ ਬੋਲੀਆਂ ਨੇ ਉਹ ਇਸ ਗੱਲ ਦੇ ਉੱਤੇ ਬਿਲਕੁਲ ਢੁੱਕਦੀਆਂ ਨੇ। ਕਿਸ ਤਰੀਕੇ ਦੇ ਨਾਲ ਕੇਸ ਰੱਖ ਕੇ ਅੰਮ੍ਰਿਤਧਾਰੀ ਬੀਬੀ ਜਿਹੜੀ ਕਿ ਕਿਸ ਤਰੀਕੇ ਦੇ ਪਖੰਡ ਕਰਦੀ ਨਜ਼ਰ ਆ ਰਹੀ ਹੈ। ਜੇਕਰ ਤੈਨੇ ਪਖੰਡਵਾਦ ਕਰਨੀ ਆ ਤਾਂ ਘੱਟੋ ਘੱਟ ਸਿੱਖ ਕੌਮ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਤਾਂ ਨਾ ਕੀਤੀ ਜਾਵੇ। ਦੂਜੇ ਪਾਸੇ ਉਹ ਲੋਕ ਜਿਹੜੇ ਕਿ ਕੇਸਧਾਰੀ ਨੇ, ਕੇਸ ਰੱਖ ਕੇ ਉਹਨਾਂ ਦੇ ਵੱਲੋਂ ਦੇਖੋ ਕਿਸ ਤਰੀਕੇ ਦੇ ਨਾਲ ਪਖੰਡ ਕੀਤਾ ਜਾ ਰਿਹਾ ਕਿ ਸਾਡੇ ਵਿੱਚ ਕੋਈ ਓਪਰੀ ਆਤਮਾ ਆ ਗਈ, ਭੂਤ ਪ੍ਰੇਤ ਸਾਡੇ ਵਿੱਚ ਜਿਹੜਾ ਕਿ ਵਾਸ ਕਰ ਗਿਆ, ਜਿਹਦੇ ਚੱਲਦੇ ਸਾਨੂੰ ਖੁਦ ਨੂੰ ਪਤਾ ਨਹੀਂ ਲੱਗ ਰਿਹਾ, ਅਤੇ ਆਪਣੇ ਵਾਲ ਖੋਲ੍ਹ ਕੇ ਇਹਨਾਂ ਦੇ ਵੱਲੋਂ ਅਜਿਹਾ ਕੁਝ ਕੀਤਾ ਜਾ ਰਿਹਾ। ਕਿਉਂ ਨਹੀਂ ਤੁਸੀਂ ਸਾਡੇ ਜਿਹੜੇ ਗੁਰੂਆਂ ਨੇ ਕੁਰਬਾਨੀਆਂ ਕੀਤੀਆਂ ਘੱਟੋ ਘੱਟ ਉਹਨਾਂ ਨੂੰ ਤਾਂ ਯਾਦ ਕਰ ਲਿਆ ਕਰੋ। ਕਦੇ ਦੇਖਿਆ ਕਿ ਜਿਹੜੇ ਹੁਣ ਤੱਕ ਸਾਡੇ ਗੁਰੂ ਰਹੇ ਨੇ ਉਹਨਾਂ ਨੇ ਆਪਣਾ ਪਰਿਵਾਰ ਤੱਕ ਵਾਰ ਦਿੱਤਾ ਸਿੱਖ ਕੌਮ ਨੂੰ, ਜਿਹੜੇ ਕਿ ਉੱਚਾਈਆਂ ਤੱਕ ਲਿਜਾਣ ਦੇ ਵਾਸਤੇ, ਸਿੱਖ ਕੌਮ ਦੇ ਵਾਸਤੇ ਆਪਣਾ ਬੱਚਾ ਬੱਚਾ ਵਾਰ ਦਿੱਤਾ। ਪਰ ਤੁਹਾਡੇ ਵਰਗੇ ਲੋਕ ਕੀ ਕਰ ਰਹੇ ਨੇ? ਜੇਕਰ ਤੁਸੀਂ ਸਿੱਖ ਕੌਮ ਨੂੰ ਅਪਣਾਉਣਾ ਨਹੀਂ, ਘੱਟੋ ਘੱਟ ਉਹਨਾਂ ਨੂੰ ਢਾਹ ਲਗਾਉਣ ਵਾਸਤੇ ਅਜਿਹੀਆਂ ਹਰਕਤਾਂ ਤਾਂ ਨਾ ਕੀਤੀਆਂ ਜਾਣ। ਦੱਸਿਆ ਜਾਵੇ ਕਿ ਅੱਜ ਤੱਕ ਕਿਹੜਾ ਅਜਿਹਾ ਗੁਰੂ ਰਿਹਾ ਜਿਸਨੇ ਆਪਣੇ ਵਾਲ ਖਿਲਾਰ ਕੇ ਇਸ ਤਰੀਕੇ ਦੇ ਡਰਾਮੇ ਕੀਤੇ ਹੋਣ, ਜਾਂ ਕਿਸੇ ਸਿੱਖ ਗੁਰੂ ਨੇ ਕਿਸੇ ਵਿੱਚੋਂ ਭੂਤਾਂ ਕੱਢੀਆਂ ਹੋਣ। ਤਾਂ ਫਿਰ ਕਿਉਂ ਜਿਹੜਾ ਸਿੱਖ ਧਰਮ ਆ ਉਸਨੂੰ ਤੁਸੀਂ ਗਲਤ ਤਰੀਕੇ ਦੇ ਨਾਲ ਕਿਉਂ ਲੋਕਾਂ ਦੇ ਵਿੱਚ ਪੇਸ਼ ਕਰ ਰਹੇ ਹੋ? ਕਿਉਂ ਤੁਸੀਂ ਸਿੱਖ ਧਰਮ ਨੂੰ ਢਾਲ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹੋ? ਸਾਡੇ ਗੁਰੂਆਂ ਨੇ ਬਹੁਤ ਕੁਝ ਕੀਤਾ, ਜੋ ਸਾਡੇ ਗੁਰੂਆਂ ਨੇ ਕੁਰਬਾਨੀਆਂ ਕਰ ਲਈਆਂ ਉਹ ਅੱਜ ਤੱਕ ਨਾ ਕਿਸੇ ਨੇ ਕੀਤੀਆਂ ਨੇ ਅਤੇ ਨਾ ਹੀ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਕਰ ਸਕਦਾ। ਉਹਨਾਂ ਦਾ ਮੁਕਾਬਲਾ ਰਹਿੰਦੀ ਦੁਨੀਆਂ ਤੱਕ ਕੋਈ ਵੀ ਨਹੀਂ ਕਰ ਸਕਦਾ। ਪਰ ਤੁਹਾਡੇ ਵਰਗੇ ਲੋਕ ਜਿਨ੍ਹਾਂ ਨੂੰ ਨਾ ਹੀ ਸ਼ਰਮ ਆ ਨਾ ਹੀ ਹਿਆ ਆ, ਜਿਹੜੇ ਲੋਕ ਖੁਦ ਅੰਮ੍ਰਿਤਧਾਰੀ ਹੋ ਕੇ ਅਜਿਹੀਆਂ ਪੁੱਠੀਆਂ ਸਿੱਧੀਆਂ ਹਰਕਤਾਂ ਕਰਦੇ ਨੇ, ਤਾਂ ਅਜਿਹੀਆਂ ਵੀਡੀਓ ਦੇਖ ਕੇ ਵਾਕਈ ਜਿਹੜਾ ਦਿਲ ਉਹ ਖੋਲ ਜਾਂਦਾ ਕਿ ਤੁਸੀਂ ਕਿਹੜੇ ਰਾਹ 'ਤੇ ਤੁਰਦੇ ਨਜ਼ਰ ਆ ਰਹੇ ਹੋ, ਕਿਹੜੇ ਰਾਹ 'ਤੇ ਚੱਲ ਰਹੇ ਹੋ? ਜਿਹੜਾ ਤੁਹਾਨੂੰ ਗੁਰੂਆਂ ਨੇ ਰਾਹ ਤੋਂ ਚੱਲਣ ਤੋਂ ਰੋਕਿਆ, ਤੁਸੀਂ ਉਸ ਨੂੰ ਗੁਰੂ ਦੇ ਨਾਲ ਜੋੜ ਕੇ ਉਸ ਰਾਹ 'ਤੇ ਚੱਲ ਰਹੇ ਹੋ? ਕਿਉਂ ਤੁਸੀਂ ਸਿੱਖ ਧਰਮ ਨੂੰ ਢਾਲ ਲਗਾ ਰਹੇ ਹੋ? ਕਿਉਂ ਤੁਸੀਂ ਬਦਨਾਮੀ ਕਰ ਰਹੇ ਹੋ? ਕਿਉਂ ਤੁਸੀਂ ਮਾਨ ਮਰਿਆਦਾ ਨੂੰ ਭੰਗ ਕਰਦੇ ਨਜ਼ਰ ਆ ਰਹੇ ਹੋ? ਤਸਵੀਰਾਂ ਲਗਾਤਾਰ ਤੁਸੀਂ ਸਕਰੀਨ 'ਤੇ ਦੇਖ ਰਹੇ ਹੋ ਕਿ ਕਿਸ ਤਰੀਕੇ ਦੇ ਨਾਲ ਸਿਰ ਦੇ ਉੱਤੇ ਕੇਸ ਸਜਾਏ ਹੋਏ ਨੇ ਅਤੇ ਡਰਾਮੇ ਕਿੱਦਾਂ ਦੇ ਕੀਤੇ ਜਾ ਰਹੇ ਨੇ। ਦੂਜੇ ਪਾਸੇ ਬੀਬੀ ਜਿਸਨੇ ਕਿ ਅੰਮ੍ਰਿਤ ਛਕਿਆ ਹੋਇਆ ਅਤੇ ਉਹ ਵੀ ਇਸ ਤਰੀਕੇ ਨਾਲ ਪਖੰਡ ਕਰਦੀ ਨਜ਼ਰ ਆ ਰਹੀ ਹੈ, ਤਾਂ ਫਿਰ ਜਿਹੜੇ ਬਾਅਦ 'ਚ ਅਜਿਹੇ ਲੋਕਾਂ ਦੇ ਸੋਧੇ ਲੱਗਦੇ ਨੇ ਤਾਂ ਕਹਿੰਦੇ ਨੇ ਕਿ ਸਾਡੇ ਨਾਲ ਇੱਦਾਂ ਹੋਇਆ ਜੀ, ਸਾਡੇ ਨਾਲ ਮਾੜਾ ਕੀਤਾ, ਇੱਦਾਂ ਨਹੀਂ ਹੋਣਾ ਚਾਹੀਦੀ। ਪਰ ਤੁਸੀਂ ਕੀ ਚੰਗਾ ਕੰਮ ਕਰ ਰਹੇ ਹੋ? ਜੇਕਰ ਤੁਸੀਂ ਲੋਕਾਂ ਨੂੰ ਪਖੰਡਵਾਦ ਦੇ ਵਿੱਚੋਂ ਨਹੀਂ ਕੱਢ ਸਕਦੇ, ਪਖੰਡਵਾਦ ਦੇ ਖਿਲਾਫ ਨਹੀਂ ਬੋਲ ਸਕਦੇ, ਤਾਂ ਘੱਟੋ ਘੱਟ ਖੁਦ ਪਖੰਡਵਾਦ ਕਰਕੇ ਤੁਸੀਂ ਅਜਿਹੇ ਡਰਾਮੇ ਕਰਕੇ ਸਿੱਖੀ ਧਰਮ ਨੂੰ ਢਾਹ ਨਾ ਲਗਾਓ। ਜੇਕਰ ਤੁਸੀਂ ਆਪਣੇ ਪਖੰਡਵਾਦ ਕਰਨੇ ਨੇ ਤਾਂ ਕਿਸੇ ਧਰਮ ਨੂੰ ਕਦੇ ਵੀ ਟਾਰਗੇਟ ਨਹੀਂ ਕਰਨਾ ਚਾਹੀਦਾ। ਤੁਸੀਂ ਧਰਮ ਦੇ ਨਾਂ ਦੇ ਉੱਤੇ ਦੁਕਾਨਾਂ ਖੋਲ੍ਹ ਕੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਹੋ, ਲੋਕਾਂ ਨੂੰ ਆਪਣੇ ਪਿੱਛੇ ਲਾ ਕੇ ਚੰਗਾ ਪੈਸਾ ਬਟੋਰ ਰਹੇ ਹੋ, ਚੰਗੀਆਂ ਗੱਡੀਆਂ ਹਾਸਲ ਕਰ ਰਹੇ ਹੋ, ਤਾਂ ਘੱਟੋ ਘੱਟ ਜੋ ਸਾਡੇ ਸਿੱਖ ਧਰਮ ਨੇ ਜੋ ਕੀਤਾ ਸਿੱਖੀ ਵਾਸਤੇ ਕੀਤਾ ਉਹ ਕੋਈ ਨਹੀਂ ਕਰ ਸਕਦਾ, ਉਹਦੀ ਰੀਸ ਹੀ ਨਹੀਂ ਕੋਈ। ਪਰ ਤੁਹਾਡੇ ਵਰਗੇ ਲੋਕ ਜਿਹੜੇ ਕਿ ਅਜਿਹੇ ਪਖੰਡ ਕਰਕੇ ਸਿੱਖ ਧਰਮ ਨੂੰ ਢਾਲ ਕਰ ਰਹੇ, ਤਾਂ ਤੁਸੀਂ ਸਮਾਂ ਰਹਿੰਦਿਆਂ ਸੁਧਰ ਗਏ ਤਾਂ ਤੁਹਾਡਾ ਭਲਾ ਹੋਵੇਗਾ। ਪਰ ਜੇਕਰ ਤੁਸੀਂ ਆਪਣੇ ਅਜਿਹੇ ਪਖੰਡਵਾਦ ਤੋਂ ਨਾ ਸੁਧਰੇ ਤਾਂ ਆਉਣ ਵਾਲਾ ਸਮਾਂ ਤੁਹਾਡਾ ਕਿਵੇਂ ਹੋਵੇਗਾ, ਤੁਸੀਂ ਖੁਦ ਅੰਦਾਜ਼ਾ ਲਗਾ ਸਕਦੇ ਹੋ। ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਉਹਨਾਂ ਲੋਕਾਂ ਤੱਕ ਪਹੁੰਚ ਜਾਵੇ ਜਿਹੜੇ ਅਜਿਹੇ ਪਖੰਡੀ ਲੋਕ ਧਰਮ ਨੂੰ ਬਦਨਾਮ ਕਰ ਰਹੇ, ਧਰਮ ਦੇ ਨਾਂ 'ਤੇ
ਦੁਕਾਨਾਂ ਖੋਲ੍ਹ ਕੇ ਪਖੰਡਵਾਦ ਫੈਲਾ ਰਹੇ ਨੇ। ਬਿਊਰੋ ਰਿਪੋਰਟ।